ਬਿਆਸ ਦੇ ਵਿੱਚ ਹੋਏ ਐਨਕਾਊਂਟਰ ਮਾਮਲੇ ਦੇ ਵਿੱਚ ਹੁਣ ਆਲਾ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ। ਇਸ ਸਮੇਂ ਅਸੀਂ ਘਟਨਾ ਸਥਾਨ ਦੇ ਬਿਲਕੁਲ ਨੇੜੇ ਮੌਜੂਦ ਹਾਂ। ਮੇਰੇ ਨਾਲ DIG ਵੱਡ ਰਹੇ ਸਤਿੰਦਰ ਸਿੰਘ ਔਰ SSP ਅੰਮ੍ਰਿਤਸਰ ਦਿਆਤੀ ਚਰਨਜੀਤ ਸਿੰਘ ਮੌਜੂਦ ਨੇ। ਤਾਂ ਪਹਿਲਾਂ ਸਾਰੇ ਘਟਨਾਕ੍ਰਮ ਨੂੰ ਜਿਹੜਾ ਹੈਗਾ ਉਸ ਦੀ ਜਾਣਕਾਰੀ ਲਵਾਂਗੇ। ਸਰ ਕੀ ਸਾਰਾ ਮੈਟਰ ਹੈਗਾ ਹੈ ਜਿਹੜਾ ਅੱਜ ਜਿਵੇਂ ਤੁਸੀਂ ਪਹਿਲਾਂ ਜਾਣਕਾਰੀ ਦੇ ਚੁੱਕੇ ਹੋ ਔਰ ਉਸ ਦੇ ਦਰਮਿਆਨ ਜਿਹੜਾ ਹੈਗਾ ਕਿੱਦਾਂ ਦੀ ਰਿਕਵਰੀ ਜਿਹੜੀ ਹੈਗੀ ਇਸ ਜਗ੍ਹਾ ਦੇ ਉੱਤੋਂ ਹੋਈ ਹੈਗੀ ਹੈ? ਜੀ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਾ ਜੀ, ਪਿਛਲੇ ਹਫ਼ਤੇ ਸਾਡੇ ਸਠਿਆਲੇ ਦੇ ਵਿੱਚ ਇੱਕ ਸਰਪੰਚ ਆੜ੍ਹਤੀ ਦਾ ਵੀ ਕੰਮ ਕਰਦਾ ਸੀ, ਮੰਡੀ ਦੇ ਵਿੱਚ ਮਰਡਰ ਹੋ ਗਿਆ ਸੀਗਾ। ਉਹਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ। ਤਿੰਨੇ ਅਕਿਊਜ਼ ਨੂੰ ਅਸੀਂ ਅਰੈਸਟ ਕਰ ਲਿਆ ਸੀਗਾ। ਤਿੰਨੇ ਅਕਿਊਜ਼ ਨੂੰ ਅਰੈਸਟ ਕਰਨ ਤੋਂ ਬਾਅਦ ਦੋ ਉਹਨਾਂ 'ਚੋਂ ਜਿਹੜੇ ਅਕਿਊਜ਼ ਸੀਗੇ ਪਾਰਸ ਅਤੇ ਅੱਜ ਗੁਰਸ਼ਰਨਦੀਪ, ਉਹਨਾਂ ਨੂੰ ਰਿਕਵਰੀ ਲਈ ਲੈ ਕੇ ਆਏ। ਤਾਂ ਉੱਥੇ ਉਹਨਾਂ ਨੇ ਪੁਲਿਸ ਤੋਂ ਧੱਕਾ ਦੇ ਕੇ ਉੱਥੋਂ ਭੱਜੇ, ਅਤੇ ਜਿੱਥੇ ਅੱਗੇ ਇਹਨਾਂ ਨੇ ਆਪਦੇ ਹਥਿਆਰ ਲੁਕੋਏ ਹੋਏ ਸੀ ਉੱਥੋਂ ਹਥਿਆਰ ਚੁੱਕ ਕੇ ਇਹਨਾਂ ਨੇ ਪੁਲਿਸ 'ਤੇ ਫਾਇਰਿੰਗ ਕੀਤੀ। ਸੈਲਫ ਡਿਫੈਂਸ 'ਚ ਪੁਲਿਸ ਦੀ ਫਾਇਰਿੰਗ 'ਚ ਗੁਰਸ਼ਰਨ ਦੀ ਉਹਦੀ ਮੌਕੇ 'ਤੇ ਮੌਤ ਹੋ ਜਾਂਦੀ ਆ, ਅਤੇ ਪਾਰਸ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਦਰਿਆ ਦਾ ਕੰਢਾ ਆ, ਅਤੇ ਉਹ ਦਰਿਆ 'ਚ ਛਾਲ ਮਾਰ ਕੇ ਭੱਜਣ 'ਚ ਕਾਮਯਾਬ ਹੋ ਜਾਂਦਾ ਹੈ। ਇਸ ਦੌਰਾਨ ਇੱਕ 9 mm ਦਾ ਗਲੋਕ ਪਿਸਟਲ ਜਿਹੜਾ ਕਿ ਪਾਕਿਸਤਾਨ ਤੋਂ ਸਮਗਲ ਹੋਇਆ ਲੱਗਦਾ ਆ, ਉਹ ਇੱਕ ਰਿਕਵਰ ਹੋਇਆ ਜੀ। ਸਰ ਥੋੜ੍ਹਾ ਜਿਹਾ ਸਾਫ਼ ਕਰੋਗੇ ਕਿ ਕਿਹੜੀ ਜਗ੍ਹਾ ਦੇ ਉੱਤੋਂ ਇਹਨਾਂ ਨੂੰ ਜਿਹੜਾ ਸੀਗਾ ਗ੍ਰਿਫਤਾਰ ਕੀਤਾ ਗਿਆ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਅੱਜ ਕਿੰਨੇ ਕੁ ਵਜੇ ਦੀ ਘਟਨਾ ਹੈਗੀ ਜਦੋਂ ਇੱਥੇ ਲੈ ਕੇ ਆਇਆ ਜਾਂਦਾ? ਇਹਨਾਂ ਨੂੰ ਸਾਡੀ ਪੁਲਿਸ ਆਊਟ ਆਫ ਸਟੇਟ ਤੋਂ ਇਹਨਾਂ ਨੂੰ ਅਰੈਸਟ ਕਰਕੇ ਲਿਆਈ ਸੀ ਜੀ, ਔਰ ਇਹ ਤਕਰੀਬਨ ਹੁਣ ਤੋਂ 1.5-2 ਘੰਟੇ ਪਹਿਲਾਂ ਦੀ ਇਹ ਵਾਕਿਆ ਹੈ। ਇਹਨਾਂ ਨੂੰ ਅਸੀਂ ਅਰਲੀ ਮਾਰਨਿੰਗ ਹੀ ਪਹੁੰਚੇ ਸੀਗੇ, ਕਿਉਂਕਿ ਰਾਤ ਲੇਟ ਅਸੀਂ ਇਹਨਾਂ ਨੂੰ ਅਰੈਸਟ ਕੀਤਾ, ਔਰ ਗ੍ਰਿਫਤਾਰੀ ਕਰਨ ਤੋਂ ਬਾਅਦ ਅਰਲੀ ਮਾਰਨਿੰਗ ਅਸੀਂ ਪਹੁੰਚੇ, ਤਾਂ ਉਦੋਂ ਦੀ ਸਾਡੀ ਤਫਤੀਸ਼ ਚੱਲ ਰਹੀ ਸੀ ਜਿਹਦੇ 'ਚ ਇਹਨਾਂ ਨੇ ਡਿਸਕਲੋਜ਼ ਕੀਤਾ ਕਿ ਅਸੀਂ ਹਥਿਆਰ ਇੱਥੇ ਲੁਕੋਏ ਹੋਏ ਹਾਂ। ਸਰ ਜਿਹੜੀ ਲੋਕੇਸ਼ਨ ਹੈਗੀ ਹੈ, ਜਿਵੇਂ ਕਿ ਦੇਖ ਸਕਦੇ ਹਾਂ ਕਿ ਇੱਕ ਵੱਡਾ ਅੱਧਾ ਕਿਲੋਮੀਟਰ ਦੇ ਕਰੀਬ ਦਾ ਏਰੀਆ ਜਿਹੜਾ ਹੈਗਾ ਉਹ ਦੂਸਰੀ ਤਰਫ ਦਾ ਹੈਗਾ, ਜਿੱਥੇ ਕਿ ਬਿਲਕੁਲ ਪੁਲਿਸ ਪਾਰਟੀਆਂ ਸਾਹਮਣੇ ਵੀ ਮੌਜੂਦ ਨਜ਼ਰ ਆ ਰਹੀਆਂ ਸਨ। ਤਾਂ ਇਦਾਂ ਲੱਗਦਾ ਹੈਗਾ ਕਿ ਜੇਕਰ ਜਿਹੜਾ ਪਾਰਸ ਹੈਗਾ ਇੱਥੋਂ ਮੁਲਜ਼ਮ ਭੱਜਿਆ ਹੈਗਾ ਮੌਕੇ ਦੇ ਉੱਤੋਂ, ਔਰ ਉੱਥੋਂ ਤੱਕ ਕਹਿ ਸਕਦੇ ਹਾਂ ਕਿ ਨਿਕਲ ਪਾਏਗਾ ਜਾਂ ਫਿਰ ਅੱਗੇ ਪੁਲਿਸ ਟੀਮਾਂ ਜਿਹੜੀਆਂ ਹੈਗੀਆਂ ਤੈਨਾਤ ਕੀਤੀਆਂ ਹੈਗੀਆਂ? ਦੇਖੋ, ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ, ਈਵਨ ਅਸੀਂ ਕਪੂਰਥਲਾ ਪੁਲਿਸ ਨੂੰ ਵੀ ਇਨਫੋਰਮ ਕਰ ਦਿੱਤਾ ਆ, ਕਪੂਰਥਲਾ ਪੁਲਿਸ ਦੀਆਂ ਵੀ ਪਾਰਟੀਆਂ ਆ, ਔਰ ਤਰਨ ਤਾਰਨ ਪੁਲਿਸ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ ਹੈ। ਸੋ ਹੁਣ ਕਲੈਕਟਿਵਲੀ ਅਸੀਂ ਸਰਚ ਕਰ ਰਹੇ ਹਾਂ, ਔਰ ਅਸੀਂ ਬਹੁਤ ਹੋਪਫੁਲ ਹਾਂ ਅਸੀਂ ਉਹਨੂੰ ਅਰੈਸਟ ਕਰ ਲਾਂਗੇ ਜੀ। ਸਰ ਕਿਹੜੇ ਕਿਹੜੇ ਮਾਮਲੇ ਜਿਹੜੇ ਹੈਗੇ ਇਹਨਾਂ ਮੁਲਜ਼ਮਾਂ ਦੇ ਉੱਤੇ ਜਿਹੜੇ ਹੈਗੇ ਆ ਦਰਜ ਹੈਗੇ ਜਿਹੜੇ ਗ੍ਰਿਫਤਾਰ ਕੀਤੇ ਗਏ ਹੈਗੇ ਆ, ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਜਾਂ ਛਾਣਬੀਣ ਹੈ ਉਹਦੇ ਵਿੱਚ ਕਿਹੜੇ ਮਾਮਲੇ ਜਾਂ ਕਿਹੜੇ ਗੈਂਗ ਦੇ ਨਾਲ ਇਹ ਸੰਬੰਧਿਤ ਜਿਹੜੇ ਹੈਗਾ ਇਹ ਮੁਲਜ਼ਮ ਜਿਹੜੇ ਹੈਗੇ ਨੇ, ਜਿਹੜਾ ਗੁਰਸ਼ਰਨ ਮਾਰਿਆ ਗਿਆ ਉਹ ਕਿਸ ਮਾਮਲੇ ਨਾਲ ਸੰਬੰਧਿਤ, ਕਿਸ ਗੈਂਗ ਦੇ ਨਾਲ ਹੈ ਜਾਂ ਫਿਰ ਪਾਰਸ ਅਲੱਗ ਅਲੱਗ ਗੈਂਗ ਨੇ ਇੱਕੋ ਗੈਂਗ ਦੇ ਨੇ ਕਿਵੇਂ ਨੇ? ਇੱਕੋ ਗੈਂਗ ਦੇ ਆ ਜੀ, ਲੰਡਾ ਹਰੀਕੇ ਜਿਹੜਾ ਇਸ ਵੇਲੇ ਬਾਹਰ ਬੈਠਾ ਆ, ਉੱਥੋਂ ਬੈਠ ਕੇ ਆਪਣੀ ਐਕਟੀਵਿਟੀਜ਼ ਚਲਾਉਂਦਾ ਆ, ਉਹਨੂੰ ਟੈਰਿਸਟ ਵੀ ਡਿਕਲੇਅਰ ਹੋ ਚੁੱਕਾ ਆ, ਉਹਦੇ ਨਾਲ ਸੱਤਾ ਨਸ਼ਹਿਰੇ ਦਾ ਆ, ਔਰ ਇੱਕ ਜੱਸਲ ਆ, ਇਹ ਤਿੰਨੇ ਜਣੇ ਆਪਸ ਦੇ ਵਿੱਚ ਉੱਥੇ ਰਲ ਕੇ ਇੱਥੇ ਗੁੰਮਰਾਹ ਕਰਕੇ ਨੌਜਵਾਨਾਂ ਨੂੰ ਕ੍ਰਾਈਮ ਦੇ ਰਸਤੇ ਤੇ ਲੈ ਕੇ ਆਉਂਦੇ ਆ, ਔਰ ਪਹਿਲਾਂ ਇੱਕ ਛੋਟਾ ਕ੍ਰਾਈਮ ਫਿਰ ਵੱਡਾ ਕ੍ਰਾਈਮ, ਔਰ ਇੰਨੇ ਇਹ ਖੁੱਭ ਜਾਂਦੇ ਆ ਵੀ ਜਿੱਥੇ ਇਹਨਾਂ ਲਈ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਆ, ਔਰ ਅਲਟੀਮੇਟਲੀ ਫਿਰ ਕਾਨੂੰਨ ਜਦੋਂ ਆਪਣਾ ਕੰਮ ਕਰਦਾ ਆ ਤੇ ਕਈ ਵਾਰੀ ਹਸ਼ਰ ਇਸ ਤਰੀਕੇ ਦਾ ਵੀ ਹੁੰਦਾ ਹੈ ਕਿ ਜਿੱਦਾਂ ਦਾ ਅੱਜ ਅਸੀਂ ਜਿਸ ਪੁਆਇੰਟ ਤੇ ਖੜੇ ਆ। ਇਹਨਾਂ ਨੇ ਇਸ ਮਰਡਰ ਤੋਂ ਇਲਾਵਾ ਲੰਡਾ ਹਰੀ ਕੇ ਐਕਸਟ੍ਰੋਸ਼ਨ ਕਾਲਸ ਕਰਕੇ ਲੋਕਾਂ ਦੇ ਗੇਟਾਂ ਤੇ ਗੋਲੀਆਂ ਚਲਾ ਕੇ ਉੱਥੋਂ ਐਕਸਟ੍ਰੋਸ਼ਨ ਕਾਫੀ ਕੀਤੀਆਂ, ਇਹਨਾਂ ਦੇ ਰਾਹੀਂ ਹੀ ਗੇਟਾਂ ਤੇ ਗੋਲੀਆਂ ਚਲਾਉਂਦਾ ਸੀਗਾ, ਔਰ ਬਾਕੀ ਹੋਰ ਜਿਹੜਾ ਜਿਹੜਾ ਵੀ ਕ੍ਰਾਈਮ ਕੀਤਾ ਹੈ, ਕਿਉਂਕਿ ਇਹਨਾਂ ਨੂੰ ਅਸੀਂ ਰਾਤ ਲੇਟ ਅਰੈਸਟ ਕੀਤਾ ਆ, ਔਰ ਸਵੇਰ ਦੀ ਇਹ ਘਟਨਾ ਆ, ਤਾਂ ਸਾਰੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ ਜੀ। ਸਰ ਗੁਰਦੀਪ ਗੋਖਾ ਦਾ ਜਿਹੜਾ ਕਤਲ ਕੀਤਾ ਗਿਆ ਸਾਬਕਾ ਸਰਪੰਚ ਦਾ, ਹੁਣ ਤੱਕ ਜਦੋਂ ਗ੍ਰਿਫਤਾਰੀ ਕੀਤੀ ਗਈ ਸੀਗੀ ਉਸ ਤੋਂ ਬਾਅਦ ਜਿਹੜਾ ਹੈਗਾ ਕੀ ਸਾਹਮਣੇ ਆਇਆ ਹੈਗਾ, ਕਿਉਂ ਜਿਹੜਾ ਸੀਗਾ ਇਹਨਾਂ ਵੱਲੋਂ ਕਤਲ ਕੀਤਾ ਗਿਆ ਜੋ ਇਹਨਾਂ ਨੇ ਤੁਹਾਨੂੰ ਕੋਈ ਪੁੱਛਗਿੱਛ ਦੇ ਵਿੱਚ ਹੁਣ ਤੱਕ ਦੱਸਿਆ ਹੋਵੇ? ਦੇਖੋ, ਮੈਂ ਹਲੇ ਇਮੀਡੀਏਟਲੀ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕੂੰਗਾ, ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਆ, ਪਰ ਇਹਨਾਂ ਦੀ ਪੁੱਛਗਿੱਛ ਦੇ ਦੌਰਾਨ ਹੋਰ ਵੀ ਕਾਫੀ ਐਸੋਸੀਏਟ ਸਾਹਮਣੇ ਆਏ ਆ, ਅਸੀਂ ਉਹਨਾਂ 'ਤੇ ਵੀ ਰੇਡ ਕਰ ਰਹੇ ਹਾਂ, ਔਰ ਇਹਦਾ ਪੂਰੀ ਤਰ੍ਹਾਂ ਜਿਹੜਾ ਇਹਦਾ ਗੈਂਗ ਆ ਜਿੰਨੇ ਵੀ ਇਹਦੇ ਐਸੋਸੀਏਟਸ ਆ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ। ਸਰ ਕਿੰਨੇ ਕੁ ਰਾਊਂਡ, ਜਿਵੇਂ ਤੁਸੀਂ ਕਿਹਾ ਕਿ ਗਲੋਕ ਬਰਾਮਦ ਹੋਇਆ ਜਾਂ ਉਹਨਾਂ ਵੱਲੋਂ ਮੌਕੇ ਦੇ ਉੱਤੋਂ ਹਥਿਆਰ ਚੁੱਕ ਕੇ ਜਿਹੜਾ ਹੈਗਾ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਰਾਊਂਡਸ ਵੀ ਵਗੈਰਾ ਜਾਂ ਹੋਰ ਕੋਈ ਚੀਜ਼ ਵੀ ਬਰਾਮਦ ਹੋਈ ਹੈਗੀ? ਹਾਂਜੀ, ਐਕਚੁਅਲੀ ਉੱਥੇ ਰਾਊਂਡਸ ਵੀ ਮਿਲੇ ਆ, ਲਾਈਵ ਰਾਊਂਡਸ ਵੀ ਉੱਥੇ ਪਿਸਟਲ ਦੇ ਉਹਦੇ ਵਿੱਚ ਹੈਗੇ ਆ, ਪਰ ਕਿਉਂਕਿ ਹੁਣ ਸਾਰੀ ਪੁਲਿਸ ਇਸ ਵੇਲੇ ਲੱਗੀ ਆ, ਜਿਹੜਾ ਮੁਲਜ਼ਮ ਭੱਜਿਆ ਸੀ ਉਹਨੂੰ ਲੱਭਣ 'ਚ ਲੱਗੇ ਹੋਏ ਆ, ਬਾਕੀ ਸਾਰੀ ਸਾਡੀ ਜੋ ਐਸ ਪਰ ਲਾਅ ਆ ਸਾਡੀ ਸਾਰੀ ਕਾਰਵਾਈ ਪੂਰੀ ਹੋਊਗੀ ਜੀ। ਠੀਕ ਹੈ ਸਰ, ਇਸ ਮਾਮਲੇ ਤੋਂ ਇਲਾਵਾ ਹੁਣ ਜਿਹੜਾ ਹੈਗਾ ਕੀ ਕਹਿ ਸਕਦੇ ਹਾਂ ਕਿ ਇਸ ਦੌਰਾਨ ਕਿੰਨੇ ਜਿਹੜੇ ਰਾਊਂਡ ਆ ਉਹ ਫਾਇਰ ਹੋਏ ਜਦੋਂ ਉਹਨਾਂ ਵੱਲੋਂ ਜਿਹੜਾ ਮੁਲਜ਼ਮ ਹੈਗੇ ਪਿਸਟਲ ਚੁੱਕ ਕੇ ਪੁਲਿਸ ਦੇ ਉੱਤੇ ਫਾਇਰ ਕਰਦੇ, ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੀ ਕਾਰਵਾਈ ਕਰਦੀ ਹੈ, ਤੇ ਕਿੰਨੇ ਰਾਊਂਡ ਜਿਹੜੇ ਹੈਗੇ ਇਸ ਦਰਮਿਆਨ ਜਿਹੜੇ ਫਾਇਰ ਹੋਏ? ਨਹੀਂ, ਮੈਂ ਹਲੇ ਤੁਹਾਨੂੰ ਇਮੀਡੀਏਟਲੀ ਨਹੀਂ ਦੱਸ ਸਕੂੰਗਾ, ਕਿਉਂਕਿ 1.5-2 ਘੰਟੇ ਪਹਿਲਾਂ ਹੀ ਇਹ ਸਾਰਾ ਇਸ਼ੂ ਖੜਾ ਹੋਇਆ ਹੈ ਜੀ, ਔਰ ਸਾਰੇ ਅਸੀਂ ਤਫਤੀਸ਼ ਕਰ ਰਹੇ ਹਾਂ। ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਸਾਰੀ
ठीक है, तो बहुत बहुत धन्यवाद जी। सन DIG बढ़ रहे जिन्हों वालों सारा मामला जो है उसके उत्ते जोड़ा है साफ किया गया, सारा घटनाक्रम की जी तस्वीर हैगी साफ की गई है कि जोड़ा इस मामले के होया उस बारे भी साफ किया गया। और पुलिस का कहना है कि असी लगातार जोड़ा मुलजम इतों भजा है पारस तो पारस की भाल के लिए जोड़ा है वह लगातार कोशिश कर रहे हैं। और सामने की जेकर गल करा तो यह एरिया जोड़ा है ये कह सकते कि कपूरथला का एरिया है जिथे कि दूसरी तरफ जोड़ा है पारस दरिया इस तरफ तो छाल मार और दूसरी तरफ न निकलता है और उस तरफ की जेकर गल करिए करीब अद्धा किलोमीटर तो वध दा एरिया जोड़ा है वह दिखाई दे रहा है। उस जगह पर अगले तरफ भी जोड़ा है पुलिस पार्टियां जिमें कि असी पहला दिखाया पुलिस पार्टियां जी ने भी बिल्कुल इस दे उत्ते काम कर रही ने और जांच पड़ताल जी है वह की जा रही है। सामने की तरफ जेकर गल करा तो सामने एक सरकंडा भी बनया होया क्योंकि जी लोकेशन जी है जिस लोकेशन के उत्ते एनकाउंटर होया तो सामने एक सरकंडा भी है। तो हुण पुलिस के लिए एक वड्डा चैलेंज है क्योंकि मंड खेत्र है, मंड खेत्र दे विच कह सकते हैं कि बेशक पुलिस टीमां जिहड़ियां हैगियां लगातार दूर तक की जेकर गल करिए पुलिस टीमां सामने जिहड़ियां वह भी अपना काम कर रही ने और लगातार उस फरार मुलजम जिहड़ा हैगा पकड़न की जिहड़ी फड़न की कोशिश जिहड़ी हैगी है वह की जा रही हैगी। न्यूज़ 18 पंजाब के लिए गुरदर्शन सिंह ब्यास।